ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਤਾਲਿਬਾਨ ਵੱਲੋਂ ਕਾਬਲ ਜਿੱਤਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਪੂਰੇ ਅਫਗਾਨਿਸਤਾਨ ਦੇ ਉੱਤੇ ਹੀ ਕਬਜ਼ਾ ਕਰ ਲਿਆ ਗਿਆ ਹੈ ਅਤੇ ਨਾਲ ਹੀ ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਵਿਵਸਥਾ ਲਾਗੂ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜਿਹਦੇ ਤੋਂ ਬਾਅਦ ਅਫਗਾਨਿਸਤਾਨ ਦੇ ਲੋਕ ਉਹਨਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਡਰ ਪਾਇਆ ਜਾ ਰਿਹਾ ਹੈ ਖਾਸ ਤੌਰ 'ਤੇ ਉੱਥੇ ਰਹਿਣ ਵਾਲੀਆਂ ਔਰਤਾਂ ਉਹਨਾਂ ਦੀ ਸੁਰੱਖਿਆ ਉਹਨਾਂ ਦੇ ਹੱਕ ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਮੀਡੀਆ ਦੇ ਵੱਲੋਂ ਲੋਕਾਂ ਦੇ ਵੱਲੋਂ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਸ਼ਰੀਆ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਪਰ ਆਖਿਰਕਾਰ ਇਸ ਜਿਹੜਾ ਇੱਕ ਵੱਡਾ ਸਵਾਲ ਇਹਦੇ ਨਾਲ ਖੜਾ ਹੁੰਦਾ ਹੈ ਕਿ ਇਸ ਸ਼ਰੀਆ ਕਾਨੂੰਨ ਦੇ ਵਿੱਚ ਅਜਿਹਾ ਕੀ ਹੈ ਕਿ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਸ਼ਰੀਆ ਕਾਨੂੰਨ ਲਾਗੂ ਹੋਣ ਤੋਂ ਜਿਹੜੀਆਂ ਉੱਥੋਂ ਦੀਆਂ ਔਰਤਾਂ ਆ ਅਫਗਾਨਿਸਤਾਨ ਦੀਆਂ ਸਭ ਤੋਂ ਵੱਧ ਘਬਰਾਹਟ ਦੇ ਵਿੱਚ ਕਿਉਂ ਨੇ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਉਣ ਜਾ ਰਹੀ ਹੈ ਅਤੇ ਇਸ ਬਾਰੇ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਸ਼ਰੀਆ ਲਾਅ ਸ਼ਰੀਆ ਕਾਨੂੰਨ ਹੈ ਕੀ ਦਰਅਸਲ ਸ਼ਰੀਆ ਕਾਨੂੰਨ ਜਿਹੜਾ ਆ ਇਸਲਾਮ ਦੀ ਇੱਕ ਸਖਤ ਕਾਨੂੰਨ ਪ੍ਰਣਾਲੀ ਹੈ ਜਿਹਦੇ ਵਿੱਚ ਬਹੁਤ ਹੀ ਸਖਤ ਨਿਯਮ ਹਨ ਅਤੇ ਉਹਨਾਂ ਦੀ ਉਲੰਘਣਾ ਕਰਨ 'ਤੇ ਸਖਤ ਅਤੇ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਨੇ ਅਤੇ ਇਸੇ ਇਸਲਾਮਿਕ ਸ਼ਰੀਆ ਕਾਨੂੰਨ ਵਿਵਸਥਾ ਜਾਂ ਪ੍ਰਣਾਲੀ ਦੇ ਮੁਤਾਬਕ ਹੀ ਤਾਲਿਬਾਨ ਹੁਣ ਅਫਗਾਨਿਸਤਾਨ ਦੇ ਵਿੱਚ ਆਪਣਾ ਸ਼ਾਸਨ ਚਲਾਵੇਗਾ ਆਪਣਾ ਰਾਜ ਚਲਾਵੇਗਾ ਜਿਹੜਾ ਇਹ ਸ਼ਰੀਆ ਕਾਨੂੰਨ ਆ ਇਹ ਇਸਲਾਮ ਦੀ ਸਭ ਤੋਂ ਵੱਧ ਜਿਹੜੀ ਪਵਿੱਤਰ ਮੰਨੀ ਜਾਂਦੀ ਕਿਤਾਬ ਆ ਉਹਨਾਂ ਦਾ ਗ੍ਰੰਥ ਆ ਕੁਰਾਨ ਅਤੇ ਇਸਲਾਮਿਕ ਵਿਦਵਾਨਾਂ ਦੇ ਵੱਲੋਂ ਮਿਲ ਜੁਲ ਕੇ ਬਣਾਈ ਗਈ ਹੈ ਅਤੇ ਫਿਰ ਇਸ ਸ਼ਰੀਆ ਕਾਨੂੰਨ ਦੇ ਵਿੱਚ ਜਿਹੜੇ ਨਿਯਮ ਦਿੱਤੇ ਗਏ ਨੇ ਸਾਰੇ ਲੋਕਾਂ ਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੁੰਦਾ ਆ ਇਹਨਾਂ ਦੇ ਵਿੱਚ ਇੱਕ ਮੁਸਲਮਾਨ ਨੇ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਣਾ ਹੈ ਪੂਰਾ ਇੱਕ ਤਰ੍ਹਾਂ ਨਾਲ ਜੀਣ ਦਾ ਢੰਗ ਦਿੱਤਾ ਗਿਆ ਹੈ ਉਹਦੇ ਜਿਹੜੇ ਵਿੱਤੀ ਮੁੱਦੇ ਆ ਪਰਿਵਾਰਕ ਦੇ ਜਿਹੜੇ ਕੋਈ ਮੁੱਦੇ ਆ ਜਾਂ ਫਿਰ ਕਾਰੋਬਾਰ ਆ ਕੀ ਖਾਣਾ ਆ ਕੀ ਪਹਿਨਣਾ ਆ ਕਿੱਥੇ ਜਾਣਾ ਆ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਜਾਂ ਕੀ ਨਹੀਂ ਕਰਨਾ ਚਾਹੀਦਾ ਸਭ ਕੁਛ ਜਿਹੜੇ ਸੁਝਾਅ ਆ ਉਹ ਇਸ ਇੱਕ ਮੁਸਲਮਾਨ ਇਹਦੇ ਕੋਲੋਂ ਲੈ ਸਕਦਾ ਹੈ ਸ਼ਰੀਆ ਕਾਨੂੰਨ ਵਿਵਸਥਾ ਦੇ ਵੱਲੋਂ ਸੋ ਇਸੇ ਮੁਤਾਬਕ ਇਹ ਜਿਹੜਾ ਤਾਲਿਬਾਨ ਦੇ ਵੱਲੋਂ ਸ਼ਰੀਆ ਕਾਨੂੰਨ ਵਿਵਸਥਾ ਆ ਅਫਗਾਨ ਦੇ ਵਿੱਚ ਹੁਣ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਉੱਥੋਂ ਦੇ ਲੋਕਾਂ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਜ਼ਰੂਰੀ ਬਣਾਇਆ ਜਾਵੇਗਾ ਪਰ ਸ਼ਰੀਆ ਜਾਂ ਫਿਰ ਇਸਲਾਮਿਕ ਕਾਨੂੰਨ ਜਿਹੜਾ ਹੈ ਉਸਦੇ ਮੁਤਾਬਕ ਹੀ ਫਿਰ ਜੇਕਰ ਕੋਈ ਮੁਸਲਮਾਨ ਜਾਂ ਜਿਹੜੇ ਦੇਸ਼ ਦੇ ਵਿੱਚ ਸ਼ਰੀਆ ਲਾਅ ਲਾਗੂ ਕੀਤਾ ਹੋਇਆ ਜੇਕਰ ਕੋਈ ਇਹਨਾਂ ਨੂੰ ਨਹੀਂ ਮੰਨਦਾ ਜਾਂ ਤਾਲਿਬਾਨ ਦੇ ਵੱਲੋਂ ਪਹਿਲਾਂ ਜਦੋਂ ਰਾਜ ਚਲਾਇਆ ਗਿਆ ਸੀ ਤਾਂ ਉਹਨਾਂ ਦੀ ਜਿਹੜੀ ਸ਼ਰੀਆ ਕਾਨੂੰਨ ਦੀ ਕੀ ਡੈਫੀਨੇਸ਼ਨ ਹੈ ਕੀ ਵਿਆਖਿਆ ਕੀ ਉਹਨਾਂ ਦੇ ਨਿਯਮ ਆ ਉਸ ਦੇ ਮੁਤਾਬਕ ਜੇਕਰ ਕੋਈ ਇਹਨਾਂ ਨਿਯਮਾਂ ਨੂੰ ਨਹੀਂ ਮੰਨਦਾ ਜਾਂ ਫਿਰ ਇਹਨਾਂ ਦੀ ਉਲੰਘਣਾ ਕਰਦਾ ਹੈ ਇਹਨਾਂ ਨੂੰ ਤੋੜਦਾ ਹੈ ਉਸ ਦੇ ਵਾਸਤੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਨੇ ਸੁਣਾਈਆਂ ਗਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਕੋਈ ਵੀ ਡਰ ਜਾਵੇਗਾ ਅਤੇ ਇਸੇ ਕਰਕੇ ਅਫਗਾਨਿਸਤਾਨ ਦੇ ਲੋਕ ਇਸ ਕਾਨੂੰਨ ਵਿਵਸਥਾ ਤੋਂ ਭੱਜ ਰਹੇ ਨੇ ਸ਼ਰੀਆ ਕਾਨੂੰਨ ਵਿਵਸਥਾ ਦੇ ਮੁਤਾਬਕ ਜਿਹੜੇ ਅਪਰਾਧ ਆ ਉਹਨਾਂ ਨੂੰ ਵੱਖ ਵੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ ਹੈ ਹੱਦ ਅਪਰਾਧ ਤਾਜ਼ੀਰ ਅਪਰਾਧ ਕਿਸਾਜ ਇਹਨਾਂ ਦੇ ਵਿੱਚੋਂ ਜਿਹੜੇ ਹੱਦ ਅਪਰਾਧ ਆ ਉਹ ਗੰਭੀਰ ਅਪਰਾਧ ਜਿਹੜੇ ਹੁੰਦੇ ਆ ਉਹਨਾਂ ਦੇ ਫਿਰ ਅੱਗੇ ਨਿਰਧਾਰਿਤ ਜੁਰਮਾਨੇ ਦਿੱਤੇ ਗਏ ਨੇ ਅਤੇ ਉਹਨਾਂ ਦੇ ਮੁਤਾਬਕ ਸਜ਼ਾਵਾਂ ਵੀ ਦਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਨੇ ਕਿਸ ਨੂੰ ਕਿਸ ਅਪਰਾਧ ਦਾ ਕਿੰਨਾ ਜੁਰਮਾਨਾ ਪਾਉਣਾ ਚਾਹੀਦਾ ਆ ਜਾਂ ਫਿਰ ਉਸਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਜਿਹੜੀਆਂ ਸਜ਼ਾਵਾਂ ਆ ਕੋਈ ਮਾੜੀਆਂ ਮੋਟੀਆਂ ਨਹੀਂ ਬਹੁਤ ਹੀ ਸਖਤ ਅਤੇ ਡਰਾਵਣੀਆਂ ਸਜ਼ਾਵਾਂ ਨੇ ਇਸੇ ਤਰ੍ਹਾਂ ਜਿਹੜੇ ਤਾਜ਼ੀਰ ਅਪਰਾਧ ਨੇ ਜੇਕਰ ਕੋਈ ਇਹੋ ਜਿਹਾ ਅਪਰਾਧ ਕਰਦਾ ਹੈ ਤਾਂ ਫਿਰ ਅਪਰਾਧੀ ਨੂੰ ਉਹਦਾ ਜਿਸਨੇ ਨਿਆਂ ਕਰਨਾ ਹੈ ਉਹਦੇ 'ਤੇ ਉੱਪਰ ਫੈਸਲੇ ਉਹਦੇ ਫੈਸਲੇ ਦੇ ਉੱਪਰ ਛੱਡ ਦਿੱਤਾ ਜਾਂਦਾ ਹੈ ਕਿ ਨਿਆਂ ਕਰਨ ਵਾਲੇ ਨੇ ਉਹਨੂੰ ਕੀ ਸਜ਼ਾ ਦੇਣੀ ਹੈ ਜਾਂ ਫਿਰ ਉਸਨੂੰ ਕੀ ਜੁਰਮਾਨਾ ਅਦਾ ਕਰਨਾ ਹੈ ਪਰ ਬਾਕੀ ਜਿਹੜੀਆਂ ਕੁਛ ਸਜ਼ਾਵਾਂ ਹੈ ਉਹ ਪਹਿਲਾਂ ਤੋਂ ਲਿਖੀਆਂ ਹੁੰਦੀਆਂ ਨੇ ਸੋ ਇਸੇ ਤਰ੍ਹਾਂ ਸ਼ਰੀਆ ਕਾਨੂੰਨ ਦੇ ਜਿਹੜੇ ਅਪਰਾਧ ਆ ਉਹਨਾਂ ਦੇ ਵਿੱਚੋਂ ਇੱਕ ਅਪਰਾਧ ਚੋਰੀ ਦਾ ਅਪਰਾਧ ਵੀ ਹੈ ਜੇਕਰ ਕੋਈ ਚੋਰੀ ਕਰਦਾ ਹੈ ਤਾਂ ਉਸ ਚੋਰ ਦੇ ਜਿਹੜੀ ਜਾਂ ਜੁਰਮਾਨਾ ਕੀਤਾ ਜਾਂਦਾ ਹੈ ਨਹੀਂ ਤਾਂ ਉਸ ਚੋਰ ਦੇ ਜਾਂ ਉਸ ਅਪਰਾਧੀ ਦੇ ਹੱਥ ਦੋਵੇਂ ਹੱਥ ਵੱਢ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਇੱਕ ਸਖਤ ਅਪਰਾਧ ਉੱਥੇ ਹੈ ਚਰਿੱਤਰਹੀਣ ਜਿਹੜਾ ਵਿਅਕਤੀ ਹੈ ਉਸ ਚਰਿੱਤਰਹੀਣ ਵਿਅਕਤੀ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਵਿੱਚ ਫਿਰ ਕੋਈ ਔਰਤ ਆ ਕੋਈ ਮਰਦ ਆ ਕਿਸੇ ਉੱਪਰ ਕੋਈ ਰਹਿਮ ਨਹੀਂ ਕੀਤਾ ਜਾਂਦਾ ਇੱਕ ਚਰਿੱਤਰਹੀਣ ਵਿਅਕਤੀ ਨੂੰ ਇੰਨੀ ਡਰਾਵਣੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਅਤੇ ਇਸ ਸਜ਼ਾ ਦਾ ਸੰਯੁਕਤ ਰਾਸ਼ਟਰ ਵੀ ਵਿਰੋਧ ਕਰਦਾ ਹੈ ਕਿ ਇਹ ਸਜ਼ਾ ਜਿਹੜੀ ਹੈ ਪੱਥਰ ਮਾਰ ਮਾਰ ਕੇ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਦੇ ਦੇਣੀ ਇਹ ਗਲਤ ਆ ਇਹ ਨਹੀਂ ਹੋਣੀ ਚਾਹੀਦੀ ਫਿਰ
ਸ਼ਰੀਆ ਕਾਨੂੰਨ ਦੇ ਮੁਤਾਬਕ ਜੇਕਰ ਮੁਸਲਮਾਨ ਆ ਕੋਈ ਉਹ ਆਪਣੇ ਧਰਮ ਨੂੰ ਨਹੀਂ ਮੰਨਦਾ, ਆਪਣੇ ਧਰਮ ਦਾ ਤਿਆਗ ਕਰਦਾ, ਉਹਨੂੰ ਛੱਡਦਾ ਆ, ਤਾਂ ਫਿਰ ਇਹ ਵੀ ਇੱਕ ਵਿਵਾਦਪੂਰਨ ਮੁੱਦਾ ਹੈ, ਗੰਭੀਰ ਮੁੱਦਾ ਆ, ਜਿਸ ਬਾਬਤ ਕਈ ਮੁਸਲਿਮ ਵਿਦਵਾਨ ਇਹ ਮੰਨਦੇ ਨੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ, ਆਪਣੇ ਧਰਮ ਦੇ ਨਾਲ ਦਗਾ ਕਰਦਾ ਹੈ, ਉਸ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਕੁਰਾਨ ਖੁਦ ਇਸ ਗੱਲ ਬਾਬਤ ਕਹਿੰਦਾ ਹੈ ਕਿ ਧਰਮ ਦੇ ਵਿੱਚ ਕੋਈ ਮਜਬੂਰੀ ਨਹੀਂ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਜਾਂ ਫਿਰ ਸਭ ਤੋਂ ਵੱਡਾ ਸਵਾਲ ਆ ਇਸ ਵੇਲੇ ਉੱਠਿਆ ਪਿਆ ਹੈ, ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਤਾਲਿਬਾਨ ਦੇ ਵੱਲੋਂ ਲਾਗੂ ਕੀਤੇ ਜਾ ਰਹੇ ਸ਼ਰੀਆ ਕਾਨੂੰਨ ਦੇ ਮੁਤਾਬਕ ਔਰਤਾਂ ਦੇ ਵਾਸਤੇ ਕੀ ਪਾਬੰਦੀਆਂ ਨੇ ਜਾਂ ਔਰਤਾਂ ਦੇ ਲਈ ਸ਼ਰੀਆ ਕਾਨੂੰਨ ਤਾਲਿਬਾਨ ਦਾ ਕੀ ਕਹਿੰਦਾ ਹੈ। ਸ਼ਰੀਆ ਕਾਨੂੰਨ ਦੇ ਮੁਤਾਬਕ ਜਿਹੜੀਆਂ ਔਰਤਾਂ ਆ ਉਹਨਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਪਾਬੰਦੀਆਂ ਨੇ। ਔਰਤਾਂ ਦੇ ਵੱਲੋਂ ਇੱਕ ਤਾਂ ਜਦੋਂ ਉਹਨਾਂ ਨੇ ਘਰ ਤੋਂ ਬਾਹਰ ਜਾਣਾ ਹੈ, ਬਾਜ਼ਾਰ ਵਗੈਰਾ ਜਾਣਾ ਆ, ਤਾਂ ਆਪਣੇ ਨਾਲ ਉਹ ਕਿਸੇ ਵੀ ਪਰਿਵਾਰਕ ਜਿਹੜਾ ਮਰਦ ਮੈਂਬਰ ਹੈ ਉਸ ਨੂੰ ਲੈ ਕੇ ਜਾਣਾ ਜ਼ਰੂਰੀ ਹੈ। ਉਹ ਚਾਹੇ ਬੱਚਾ ਆ, ਉਹ ਚਾਹੇ ਬਾਲਗ ਆ, ਮਰਦ ਹੋਣਾ ਜ਼ਰੂਰੀ ਹੈ ਇੱਕ ਔਰਤ ਦੇ ਨਾਲ ਬਾਹਰ ਜਦੋਂ ਨੇ ਜਾਣਾ ਆ। ਫਿਰ ਇੱਕ ਔਰਤ ਜਿਹੜੀ ਹੈ, ਇੱਕ ਬੱਚੀ ਛੋਟੀ ਜਿਹੀ 8 ਸਾਲ ਦੀ ਉਮਰ ਤੋਂ ਜਦੋਂ ਉਹ ਵੱਡੀ ਹੁੰਦੀ ਹੈ ਉਹਦੇ ਵਾਸਤੇ ਬੁਰਕਾ ਪਾਉਣਾ ਲਾਜ਼ਮੀ ਹੈ। 10 ਸਾਲ ਦੀ ਉਮਰ ਤੋਂ ਵੱਧ ਦੀਆਂ ਜਿਹੜੀਆਂ ਬੱਚੀਆਂ ਆ, ਕੁੜੀਆਂ ਆ, ਉਹਨਾਂ ਨੂੰ ਸਿੱਖਿਆ ਦੀ ਜਿਹੜੀ ਸਿੱਖਿਆ ਦੇ ਉੱਤੇ ਪਾਬੰਦੀ ਹੈ, ਉਹ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੀਆਂ। ਜੇਕਰ ਬੱਚੀਆਂ ਨੇ ਸਿੱਖਿਆ ਪ੍ਰਾਪਤ ਕਰਨੀ ਹੈ, ਸਕੂਲ ਜਾਂਦੀਆਂ ਨੇ, ਕਾਲਜ ਜਾਂਦੀਆਂ ਨੇ ਜਾਂ ਮਦਰੱਸਿਆਂ ਵਿੱਚ ਜਾਂਦੀਆਂ ਨੇ, ਤਾਂ ਉਹ ਸਿਰਫ ਉਹਨਾਂ ਕਾਲਜ ਮਦਰੱਸਿਆਂ ਸਕੂਲ ਵਿੱਚ ਜਾ ਸਕਦੀਆਂ ਨੇ ਜਿੱਥੇ ਮੁੰਡੇ ਨਹੀਂ ਪੜ੍ਹਦੇ, ਸਿਰਫ ਕੁੜੀਆਂ ਦਾ ਹੀ ਸਕੂਲ, ਕੁੜੀਆਂ ਦੇ ਹੀ ਵਿੱਦਿਅਕ ਅਦਾਰੇ ਹੋਣੇ ਚਾਹੀਦੇ ਨੇ। ਔਰਤਾਂ ਨੂੰ 12 ਸਾਲ ਦੀ ਉਮਰ ਤੋਂ ਵੱਧ ਦੇ ਮੁੰਡੇ ਜਾਂ ਫਿਰ ਉਹਨਾਂ ਮਰਦਾਂ ਦੇ ਨਾਲ ਗੱਲਬਾਤ ਕਰਨ ਦੀ ਆਗਿਆ ਨਹੀਂ ਆ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਹਨ। ਇਸੇ ਤਰ੍ਹਾਂ ਇੱਕ ਜਿਹੜੀ ਪਾਬੰਦੀ ਕੁੜੀਆਂ ਦੇ ਵਾਸਤੇ, ਔਰਤਾਂ ਦੇ ਵਾਸਤੇ ਹੈ ਕਿ ਉੱਚੀ ਅੱਡੀ ਦੇ ਸੈਂਡਲ ਜਾਂ ਜੁੱਤੀਆਂ ਪਾ ਕੇ ਉਹ ਇਸ ਕਾਨੂੰਨ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਨਹੀਂ ਚੱਲ ਸਕਦੀਆਂ, ਕਿਉਂਕਿ ਉੱਚੀ ਅੱਡੀ ਵਾਲੇ ਜਿਹੜੇ ਸੈਂਡਲ ਆ ਉਹ ਆਵਾਜ਼ ਕਰਦੇ ਨੇ ਅਤੇ ਉਸ ਆਵਾਜ਼ ਦੇ ਨਾਲ ਮਰਦਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਚਲਿਆ ਆਉਂਦਾ ਹੈ। ਇਸ ਕਰਕੇ ਮਰਦਾਂ ਨੂੰ ਇਸ ਅੱਡੀ ਦੀ ਆਵਾਜ਼ ਨਹੀਂ ਸੁਣਾਈ ਦੇਣੀ ਚਾਹੀਦੀ। ਸੋ ਕੁੜੀਆਂ ਜਿਹੜੀਆਂ ਆ ਉਹ ਉੱਚੀ ਅੱਡੀ ਦੇ ਸੈਂਡਲ ਜਾਂ ਜੁੱਤੀਆਂ ਆ ਨਹੀਂ ਪਾ ਸਕਦੀਆਂ। ਤਾਲਿਬਾਨ ਦੇ ਪਿਛਲੇ ਸ਼ਾਸਨ ਦੇ ਅਧੀਨ ਔਰਤਾਂ ਨੂੰ, ਕੁੜੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੂੰ ਬਾਹਰ ਘੁੰਮਣ ਫਿਰਨ ਦੀ, ਉਹਨਾਂ ਨੂੰ ਕੰਮਾਂ ਕਾਰਾਂ ਦੀ ਜਾਂ ਫਿਰ ਸਿੱਖਿਆ ਪ੍ਰਾਪਤ ਕਰਨ ਦੀ ਆਗਿਆ ਨਹੀਂ ਸੀ। ਇਸੇ ਤਰ੍ਹਾਂ ਸ਼ਰੀਆ ਕਾਨੂੰਨ ਦੇ ਮੁਤਾਬਕ ਔਰਤਾਂ ਦੇ ਘਰ ਜਿਹੜੇ ਆ, ਜੇਕਰ ਉਹਨਾਂ ਦੀ ਖਿੜਕੀ ਹੈ ਕੋਈ ਬਾਹਰ ਵੱਲ, ਤਾਂ ਖਿੜਕੀ ਦੇ ਉੱਤੇ ਪੇਂਟ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਹਦੇ ਉੱਤੇ ਕੋਈ, ਮਤਲਬ ਬਾਹਰ ਨਹੀਂ ਦਿਖਣਾ ਚਾਹੀਦਾ, ਬਾਹਰ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਅੰਦਰ ਕੋਈ ਔਰਤ ਖੜੀ ਹੈ। ਤਾਲਿਬਾਨ ਦੇ ਸ਼ਾਸਨ ਦੇ ਵਿੱਚ ਪਿਛਲੇ ਸਮੇਂ ਦੌਰਾਨ ਸੰਗੀਤ ਦੀ ਵੀ ਪੂਰਨ ਮਨਾਹੀ ਰਹੀ ਹੈ। ਜੇਕਰ ਕੋਈ ਵਿਅਕਤੀ, ਕੋਈ ਲੋਕ ਪਾਰਟੀਆਂ ਦੇ ਵਿੱਚ ਸੰਗੀਤ ਵਜਾਉਂਦੇ ਸੀ ਜਾਂ ਫਿਰ ਗਾਣਿਆਂ ਦੇ ਉੱਤੇ ਸੰਗੀਤ ਦੇ ਉੱਪਰ ਨੱਚਦੇ ਸੀ, ਤਾਂ ਉਹਨਾਂ ਨੂੰ ਵੀ ਮਾਰਿਆ ਕੁੱਟਿਆ ਜਾਂਦਾ ਸੀ, ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ, ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਸੋ ਇਸੇ ਤਰ੍ਹਾਂ ਇਸ ਸ਼ਾਸਨ ਦੇ ਅਧੀਨ ਪਿਛਲੇ ਸਮੇਂ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਔਰਤਾਂ ਨੂੰ ਜੇਕਰ ਉਹ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੀਆਂ ਨੇ ਜਾਂ ਕੋਈ ਹੋਰ ਲੋਕ ਆ, ਉਹਨਾਂ ਨੂੰ ਪੱਥਰਾਂ ਦੇ ਨਾਲ ਮਾਰਿਆ ਕੁੱਟਿਆ ਜਾਂਦਾ ਹੈ। ਅਤੇ ਇੰਨਾ ਹੀ ਨਹੀਂ, ਸਿਰਫ ਮਾਰਿਆ ਕੁੱਟਿਆ ਜਾਂਦਾ ਹੈ, ਪੱਥਰਾਂ ਦੇ ਨਾਲ ਮਾਰ ਮਾਰ ਕੇ ਉਹਨਾਂ ਦੀ ਜਾਨ ਲੈ ਲਈ ਜਾਂਦੀ ਹੈ, ਉਹਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਸੋ ਇਹ ਸਾਰੇ ਜਿਹੜੇ ਇੱਕ ਨਿਯਮ ਆ ਇਹ ਸ਼ਰੀਆ ਕਾਨੂੰਨ ਵਿਵਸਥਾ ਦੇ ਵਿੱਚ ਆਉਂਦੇ ਨੇ, ਜਿਹੜਾ ਕਿ ਪਿਛਲੇ ਸਮੇਂ ਦੌਰਾਨ ਤਾਲਿਬਾਨ ਦੇ ਵੱਲੋਂ ਆਪਣੇ ਰਾਜ ਦੇ ਦੌਰਾਨ ਚਲਾਇਆ ਗਿਆ ਸੀ, ਲਾਗੂ ਕੀਤਾ ਗਿਆ ਸੀ। ਪਰ ਇਸ ਵਾਰ ਬੀਤੇ ਦਿਨੀ ਹੀ ਤਾਲਿਬਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਸਭ ਨੂੰ ਮਾਫ਼ ਕੀਤਾ ਗਿਆ ਹੈ, ਉਹਨਾਂ ਦੇ ਵੱਲੋਂ ਇੱਕ ਸ਼ਾਂਤੀ ਭਰਪੂਰ ਜਿਹੜਾ ਰਾਜ ਹੈ ਲਾਗੂ ਕੀਤਾ ਜਾਵੇਗਾ। ਆਪਣੀ ਸਥਿਤੀ ਉਹਨਾਂ ਨੇ ਆਪਣੇ ਆਪ ਦਾ ਚਿਹਰਾ ਇੱਕ ਦਰਮਿਆਨਾ ਜਾਂ ਪਹਿਲਾਂ ਨਾਲੋਂ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਦੇਸ਼ਾਂ ਦੇ ਵੱਲ ਦੋਸਤੀ ਦਾ ਹੱਥ ਵਧਾਇਆ ਜਾ ਰਿਹਾ ਹੈ, ਜਿਹਦੇ ਤੋਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਕਹਿਣਾ ਮੁਸ਼ਕਿਲ ਹੈ। ਪਰ ਉਹਨਾਂ ਦੇ ਵੱਲੋਂ, ਤਾਲਿਬਾਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਔਰਤਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਔਰਤਾਂ ਨੂੰ ਸਿੱਖਿਆ ਦਾ ਅਤੇ ਕੰਮਕਾਜ ਕਰਨ ਦਾ ਪੂਰਾ ਅਧਿਕਾਰ ਹੋਵੇਗਾ, ਪਰ ਸਾਰਾ ਕੁਝ ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਹੋਵੇਗਾ ਉੱਥੇ ਇਸਲਾਮਿਕ ਕਾਨੂੰਨ ਲਾਗੂ ਹੋਵੇਗਾ, ਕੋਈ ਲੋਕਤੰਤਰਿਕ ਰਾਜ ਨਹੀਂ ਹੋਵੇਗਾ, ਉੱਥੇ ਇਸਲਾਮਿਕ ਕਾਨੂੰਨ ਹੋਵੇਗਾ, ਉਹਦੇ ਮੁਤਾਬਕ ਹੀ ਸਭ ਕੁਝ ਹੋਵੇਗਾ। ਇਸ ਦਾ ਕੀ ਮਤਲਬ ਹੈ, ਇਸ ਦਾ ਕੀ ਅਮਲੀ ਰੂਪ ਹੋਵੇਗਾ ਅਫਗਾਨਿਸਤਾਨ ਦੇ ਵਿੱਚ ਉੱਥੋਂ ਦੇ ਲੋਕਾਂ ਵਾਸਤੇ ਅਤੇ ਖਾਸ ਤੌਰ 'ਤੇ ਉੱਥੋਂ ਦੀਆਂ ਕੁੜੀਆਂ, ਉੱਥੋਂ ਦੀਆਂ ਔਰਤਾਂ ਦੇ ਵਾਸਤੇ, ਇਹ ਸਭ ਕੁਝ ਆਉਣ ਵਾਲਾ ਸਮਾਂ ਹੀ ਦੱਸੇਗਾ।